ਸਤਿ ਸ਼੍ਰੀ ਅਕਾਲ ਜੀ, ਹਾਂਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਅੱਜ ਆਪਾਂ ਤੁਹਾਨੂੰ ਇਹ ਫੁੱਲੀ ਹੋਈ ਮਲਾਈ ਵਰਗੀ ਮੱਕੀ ਦੀ ਰੋਟੀ ਬਾਰੇ ਦੱਸਣ ਜਾ ਰਹੇ ਹਾਂ। ਦੇਖੋ ਜ਼ਰਾ ਧਿਆਨ ਨਾਲ, ਇਹ ਆਟਾ ਸਭ ਤੋਂ ਪਹਿਲਾਂ ਲਿਆ ਆਪਾਂ, ਅਤੇ ਆਟੇ ਨੂੰ ਗੁੰਨਣ ਵਾਸਤੇ ਗਰਮ ਪਾਣੀ ਦਾ ਪ੍ਰਯੋਗ ਕੀਤਾ। ਪਾਣੀ ਪੂਰੀ ਤਰ੍ਹਾਂ ਗਰਮ ਆ, ਇਸ ਕਰਕੇ ਇਹਨੂੰ ਚਮਚੇ ਦੀ ਜਾਂ ਕਰਦ ਦੀ ਮਦਦ ਨਾਲ ਗੁੰਨਿਆ ਜਾਂਦਾ। ਇਹ ਮੱਕੀ ਦੀ ਜਿਹੜੀ ਰੋਟੀ ਆ, ਇਹਦੇ ਵਿੱਚ ਆਟੇ ਨੂੰ ਗੁੰਨਣ ਦਾ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਜੇਕਰ ਆਟਾ ਚੰਗੀ ਤਰ੍ਹਾਂ ਗੁੰਨਿਆ ਹੋਵੇਗਾ ਤਾਂ ਹੀ ਰੋਟੀ ਵਧੀਆ ਬਣੇਗੀ ਅਤੇ ਜੁੜੇਗੀ ਵੀ। ਇਸ ਕਰਕੇ ਆਟਾ ਗੁੰਨਣ ਦੇ ਉੱਤੇ ਜ਼ਰਾ ਜ਼ਿਆਦਾ ਖੇਚਲ ਕਰਨੀ ਪੈਂਦੀ ਆ, ਔਰ ਇਹ ਪੂਰਾ ਜ਼ੋਰ ਲਾ ਕੇ ਗੁੰਨਿਆ ਜਾਂਦਾ। ਲਓ ਜੀ, ਆਟਾ ਬਣ ਕੇ ਤਿਆਰ ਆ, ਗੁੱਝ ਗਿਆ ਆ। ਅਤੇ ਫਿਰ ਵੀ ਉਹਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਗਿਆ, ਇਹ ਉਰਲੇ ਪਾਸੇ ਵਾਲਾ ਆਟਾ ਬਿਲਕੁਲ ਰੈਡੀ ਹੋ ਚੁੱਕਾ। ਕਿਉਂਕਿ ਮੱਕੀ ਦੀ ਰੋਟੀ ਜਿਹੜੀ ਆ, ਇਹ ਹਰ ਕਿਸੇ ਕੋਲੋਂ ਪਰਫੈਕਟ ਨਹੀਂ ਬਣਦੀ, ਕਿਉਂਕਿ ਮੈਂ ਤਕਰੀਬਨ ਇਹਦੇ ਪਕਾਉਣ ਦੇ ਤਰੀਕੇ ਵਿੱਚ ਇਹ ਫਰਕ ਸਮਝਦਾ ਹਾਂ। ਇੱਕੋ ਜਿਹਾ ਆਟਾ ਭਾਵੇਂ ਦੋ ਅਲੱਗ ਅਲੱਗ ਬੰਦਿਆਂ ਨੂੰ ਦੇ ਦਿਓ, ਹਾਂ ਆਟਾ ਵੀ ਚਲੋ ਵਧੀਆ ਹੋਣਾ ਚਾਹੀਦਾ। ਇਹ ਦੇਖੋ ਔਰ ਇਹ ਕਿਤੇ ਵੀ ਦੇਖੋ, ਕੋਈ ਦੇਰ ਨਹੀਂ ਆਈ, ਲਓ ਪੂਰੀ ਪਰਫੈਕਟ ਆ। ਦੇਖੋ ਤੇ ਜੋ ਇਹਦਾ ਸਭ ਤੋਂ ਵੱਡੀ ਗੱਲ ਕਿ ਹੱਥਾਂ ਉੱਤੇ ਇਸ ਨੂੰ ਥੱਪਣ ਦਾ ਜੋ ਹਿਸਾਬ ਕਿਤਾਬ ਆ, ਔਰ ਤਰੀਕਾ ਆਇਆ, ਸਾਰੀ ਕਰਾਮਾਤ ਉਹਦੇ ਵਿੱਚ ਹੀ ਆ। ਪਾਣੀ ਲਾ ਕੇ ਬਦਲੇ ਹੱਥਾਂ ਨਾਲ, ਇਹ ਦੇਖੋ ਇਹ ਆਪਾਂ ਤੁਹਾਨੂੰ ਕੋਈ ਬਹੁਤਾ ਲੰਮਾ ਚੌੜਾ ਵਕਤ ਨਾ ਲੈਂਦੇ ਹੋਏ, ਸਿਰਫ 5 ਮਿੰਟਾਂ ਦੇ ਵਿੱਚ ਹੀ ਇਹ ਚੁੱਲ੍ਹੇ 'ਤੇ ਰੋਟੀਆਂ ਪੱਕ ਰਹੀਆਂ। ਔਰ ਇਹ ਦੇਖੋ ਰੋਟੀ ਦੀ ਫੁਲਾਵਟ ਦੇਖੋ, ਇਹ ਫੁੱਲ ਕੇ ਪੂਰੀ ਤਰ੍ਹਾਂ ਇਹਦੀਆਂ ਦੋ ਤਹਿਆਂ ਬਣ ਗਈਆਂ।
ਸਿਰਫ ਥੋੜ੍ਹੀ ਜਿਹੀ ਮਿਹਨਤ ਦੀ ਗੱਲ ਹੈ। ਇਹ ਦੇਖੋ ਲਓ, ਹੁਣ ਕਿਤਿਓਂ ਵੀ ਹਾਲੇ ਕਿ ਰੋਟੀਆਂ ਚੁੱਲ੍ਹੇ ਉੱਤੇ ਬਣ ਰਹੀਆਂ, ਫਿਰ ਵੀ ਕਿਤਿਓਂ ਵੀ ਵੱਧ ਘੱਟ ਸੇਕ ਜਾਂ ਜਲੀ ਹੋਈ ਜਾਂ ਕੱਚੀ ਦਾ ਸਵਾਲ ਨਹੀਂ ਪੈਦਾ ਹੁੰਦਾ। ਅੱਜ ਕੱਲ੍ਹ ਬਹੁਤ ਘੱਟ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਹੱਥਾਂ ਦੇ ਉੱਤੇ ਥੱਪ ਕੇ ਰੋਟੀਆਂ ਪਕਾਉਣੀਆਂ ਆਉਂਦੀਆਂ, ਔਰ ਇਹ ਸਿੱਖਣ ਵਾਲਾ ਵਿਸ਼ਾ ਆ। ਦੇਖੋ, ਔਰ ਇਹ ਵੀ ਰੋਟੀ ਦੀ ਫਲਾਵਟ ਦੇਖੋ, ਦੇਖੋ ਤੇ ਇਹ ਲਓ। ਤੇ ਆਪਾਂ ਤੁਹਾਡਾ ਬਹੁਤਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ, ਇਹ ਰੋਟੀਆਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਕਮੈਂਟ ਵਿੱਚ ਜ਼ਰੂਰ ਦੱਸੋ। ਹੁਣ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਇੱਦਾਂ ਦੀ ਕਿਸੇ ਹੋਰ ਜਾਣਕਾਰੀ ਦੇ ਨਾਲ। ਜਲਦੀ ਹੀ ਫਿਰ ਮਿਲਦੇ ਹਾਂ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।